ਸਾਈ ਹੋਏ ਰੱਬਾ ਨਵੀਂ ਚੰਦ ਟਕੜੀ ਮਿਲ ਗਿਆ, ਨਹੀਂ ਤਾਂ ਉਮੀਦ ਹੀ ਨਹੀਂ ਸੀ ਹਾਲੀ। ਗੱਲ ਸੁਣ ਭਗਵਾਨੇ, ਹਾਂਜੀ ਆਪਾਂ ਨਾ ਪਹਿਲਾਂ ਬਹੁਤ ਜ਼ਿਆਦਾ ਗਰੀਬ ਹੁੰਦੇ ਸੀ, ਉਹ ਤਾਂ ਮੈਂ ਗੱਡੀਆਂ ਦਾ ਕੰਮ ਸਿੱਖ ਗਿਆ, ਮਿਸਤਰੀ ਬਣ ਗਿਆ, ਉਹਦੇ ਕਰਕੇ ਆ ਸਾਰੇ ਕੋਠੀਆਂ ਕਾਰਾਂ ਆਪਣੀਆਂ, ਉਸੇ ਕਰਕੇ ਆ ਦੁਕਾਨ ਕਰਕੇ ਤੈਨੂੰ ਪਤੀ ਆ, ਅਤੇ ਤਾਂ ਹੀ ਕਰਕੇ ਮੈਂ ਵਿਆਹ ਦੀ ਉਮਰ ਲੇਟ ਹੋ ਗਈ ਮੇਰੇ ਦੀ। ਚਲੋ ਕੋਈ ਗੱਲ ਨਹੀਂ, ਉਮਰਾਂ 'ਚ ਤਾਂ ਵੈਸੇ ਕੀ ਰੱਖਿਆ, ਬੰਦੇ ਦਾ ਦਿਲ ਜਵਾਨ ਹੋਣਾ ਚਾਹੀਦਾ। ਉਹ ਤਾਂ ਸਹੀ ਗੱਲ ਆ ਤੁਹਾਡੀ। ਹੋਰ ਦੱਸੋ ਫਿਰ ਕੀ ਸਲਾਹ? ਸਲਾਹ ਤਾਂ ਤੁਹਾਡੇ ਨਾਲ ਹੀ ਹੈ ਜੀ। ਅੱਛਾ ਜੀ। ਹਾਂਜੀ ਚਲੋ ਠੀਕ ਆ, ਮੈਂ ਚੱਲਦਾ ਕੰਮ ਤੇ, ਆਪਣਾ ਗੇਟ ਲਾ ਲਿਓ, ਚੋਰ ਚੋਰ ਵਾਲੇ ਫਿਰਦੇ ਰਹਿੰਦੇ ਇੱਥੇ। ਕੋਈ ਨਹੀਂ ਟੈਨਸ਼ਨ ਨਾ ਲਓ, ਤੁਸੀਂ ਲੈ ਕੇ ਤਾਂ ਨਹੀਂ ਆਉਣਾ ਸ਼ਹਿਰ ਤੁਹਾਡੇ ਲਈ? ਹਾਂ ਗੋਲ ਗੱਪੇ ਲੈ ਆਇਓ ਮੇਰੇ, ਲੈ ਆਵਾਂਗੇ ਕੁਝ, ਨਾਲੇ ਜਲਦੀ ਆ ਜਾਓ ਠੀਕ ਹੈ। ਓਹੋ ਕੌਣ ਹੋ ਤੁਸੀਂ? ਮੈਂ ਰਕੇਸ਼। ਕੌਣ ਰਕੇਸ਼? ਮੈਂ ਜਿਹੜੇ ਬਰਾਤ ਚ ਗਿਆ ਤੀਗਾ ਭਰਜਾਈ। ਵੀ ਬਰਾਤ ਚ ਤਾਂ ਦੁਨੀਆ ਗਈ ਸੀ, ਤੂੰ ਕਿਹੜੇ? ਮੈਂ ਤਾਂ ਕਪਤਾਨ ਨੂੰ ਮਿਲਣ ਆਇਆ ਸੀਗਾ, ਉਦੋਂ ਪੈਸੇ ਲੈਣੇ ਆ ਪੂਰਾ 3,18,000 ਰੁਪਇਆ ਲੈਣਾ ਹੈ। ਹੈ ਇੰਨੇ ਪੈਸੇ? ਹਾਂ ਮੇਰਾ ਇਕੱਲੇ ਦਾ ਥੋੜੀ ਦੇਣਾ, ਫਿਰ ਲੋਕਾਂ ਦਾ ਵੀ ਦੇਣਾ, ਉਹ ਹੁਣ 10-12 ਲੱਖ ਰੁਪਇਆ। ਅੱਛਾ ਹਾਂ, ਐਂ ਨਹੀਂ ਕੋਠੀਆਂ ਕਰਾਂ ਪਈਆਂ, ਇਹ ਲੋਨ ਤੇ ਚੱਕ ਕੇ ਪਈਆਂ ਸਾਰੀਆਂ। ਇੰਨਾ ਵੱਡਾ ਧੋਖਾ ਮੇਰੇ ਨਾਲ? ਹਾਂ ਕਹਿ ਦੀ ਉਹਨੂੰ, ਚੱਲ ਕੋਈ ਨਾ ਮੈਂ ਬੰਦੇ ਲੈ ਕੇ ਆਊਂਗਾ। ਕੋਈ ਨਾ ਭਾਈ ਮੈਂ ਕਹਿ ਦੂੰਗੀ ਉਹਨੂੰ। ਫਿਰ ਨਾ ਕਹਿ ਦੀ, ਨਾਲੇ ਤੁਸੀਂ ਐਂ ਨਾ ਆਇਆ ਕਰੋ ਠੀਕ ਹੈ, ਬੰਦੇ ਲੈ ਕੇ ਨਾ ਆਇਓ, ਮੈਂ ਕਹਿ ਦੂੰਗੀ ਉਹਨੂੰ। ਹਾਂ ਕਹਿ ਦੀ ਤੂੰ। ਲੈ ਇੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਏ, ਨਾਲੇ ਮੈਂ ਕਿਹਾ ਸੀ ਵੀ ਜਲਦੀ ਆ ਜਾਓ। ਆ ਗਏ ਤੁਸੀਂ? ਆ ਗਏ। ਬੜੀ ਲੇਟ ਹੋ ਗਏ। ਉਹ ਲੇਟ ਕੰਮ ਹੀ ਵਾਲਾ ਸੀ ਅੱਜ ਯਾਰ। ਨਾਲੇ ਮੇਰੀ ਗੱਲ ਸੁਣੋ। ਦੱਸੋ। ਉਹ ਆਇਆ ਸੀ ਰਕੇਸ਼। ਰਕੇਸ਼ ਉਹ ਕਰਨਾ ਇਸ ਵਾਲਾ ਇੱਥੇ? ਉਹ ਕਹਿੰਦਾ ਸੀ ਵੀ ਤੁਸੀਂ ਪੈਸੇ ਦੇਣੇ ਉਹਦੇ। ਇੰਨਾ ਕੁ ਦੇ ਲੈਣ ਤਾਂ ਯਾਰ ਚੱਲਦੀ ਰਹਿੰਦਾ। ਲੈ ਤੁਸੀਂ ਮੈਨੂੰ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ? ਉਹ ਯਾਰ ਜੇ ਵਿਆਹ ਤੋਂ ਪਹਿਲਾਂ ਤਾਂ ਤੁਸੀਂ ਮੇਰੇ ਨਾਲ ਵਿਆਹ ਕਰਾ ਲਾਂਦੇ। ਉਹ ਗੱਲ ਤਾਂ ਠੀਕ ਹੈ, ਅਗਲਾ ਕਹਿੰਦਾ ਸੀਗਾ ਵੀ ਮੈਂ ਬੰਦੇ ਲੈ ਕੇ ਆਊਂਗਾ, ਨਾਲੇ 1,00,000 ਰੁਪਏ ਤੁਸੀਂ ਕਿੱਥੋਂ ਤਾਰ ਦੋਗੇ? ਛੱਡੋ ਯਾਰ ਮੈਂ ਆਪ ਹੀ ਕਰ, ਤੁਸੀਂ ਰੋਟੀ ਬਣਾਓ, ਪਹਿਲੀ ਥੱਕਿਆ ਪਿਆ। ਬਾਈ ਰਕੇਸ਼ ਯਾਰ ਤੂੰ ਘਰੇ ਹੀ ਕਰਨ ਗਿਆ ਸੀ ਯਾਰ? ਪੈਸੇ ਲੈਣ ਗਿਆ ਸੀ ਬਾਈ। ਦੇ ਦਾਂਗੇ ਯਾਰ, ਅਸੀਂ ਕਿਹੜਾ ਪਿੰਡ ਛੱਡ ਕੇ ਜਾਂਦੇ ਆ? ਕਿੱਥੋਂ ਆ ਜਾਣਗੇ ਤੇਰੇ ਕੋਲੇ ਪੈਸੇ? ਹੁਣ ਕੰਮ ਕਾਰ ਤੇਰਾ ਨਹੀਂ ਚੱਲਦਾ, ਤੂੰ ਕਿੱਥੋਂ ਦੇ ਦੇਗਾ ਪੈਸੇ? ਕਰਾਂਗੇ ਤੇਰਾ ਤਾਂ ਹੀਲਾ ਕੋਈ। ਗੱਲ ਸੁਣ ਮੇਰੀ, ਤੇਰੀ ਜਨਾਨੀ ਬਹੁਤ ਸੋਹਣੀ ਹੈ। ਉਹ ਜਵਾਨ ਸਵਾਲ ਕੇ ਬੋਲ, ਜੇ ਤੇਰੇ ਪੈਸੇ ਦੇਣੇ ਨਹੀਂ ਤੂੰ ਘਰ ਤੱਕ ਜਾਏਗਾ? ਗੱਲ ਸੁਣ ਲੈ ਮੇਰੀ, 5 ਦਿਨ ਦਾ ਟਾਈਮ ਹੈ, ਜਾਂ ਤਾਂ ਜਨਾਨੀ ਦੇ ਦੇ ਜਾਂ ਦੇ ਦੇ ਪੈਸੇ ਮੇਰੇ। ਕੋਈ ਨਾ ਕਰਦਾ ਤੇਰਾ ਹੀਲਾ, ਪਰ ਘਰ ਤੱਕ ਨਾ ਜਾਈ ਕਦੇ ਅੱਗੇ ਤੋਂ। ਕੋਈ ਨਾ ਤੂੰ ਦੇ ਦੀ ਪੈਸੇ ਮੇਰੇ। ਉਹ ਪ੍ਰਿਆ ਕਿੱਧਰ ਵੱਗ ਗਈ ਹੋਈ, ਸੁਣਦੀ ਵੀ ਨਹੀਂ ਹੈਗੀ, ਰਸੋਈ 'ਚ ਦੇਖਦੇ ਹਾਂ ਚੱਲ, ਉਰੇ ਵੀ ਨਹੀਂ ਹੈਗੀ ਯਾਰ, ਬਾਹਰ ਵੀ ਨਹੀਂ ਹੈਗੀ, ਗਈ ਤਾਂ ਗਈ ਕਿੱਥੇ? ਹੈਲੋ ਲੈ ਚੱਲੀਏ, ਰੈਲੀ ਦੇਖ ਤਾਂ ਲੇਟ ਬਹੁਤ ਕਰਤੀ ਸਰਪੰਚ ਸਾਹਿਬ। ਹਾਂ ਹਾਂ ਕਾਕਾ ਕੀ ਗੱਲ ਹੋ ਗਈ, ਠੰਡਾ ਹੋ ਕੇ ਦੱਸ। ਆਪਣੀ ਕੁੜੀਆਂ ਨੂੰ ਜੀ ਕਿਸੇ ਨੇ ਕਿਡਨੈਪ ਕਰ ਲਈ। ਕਿਹਦੇ ਹੋਏ? ਉਹ ਨਹੀਂ ਮੈਨੂੰ ਪਤਾ ਜੀ, ਮੈਂ ਤਾਂ ਤੁਹਾਡੇ ਦੇ ਆਸਾ, ਬਸ ਹੁਣ ਤੁਹਾਡੇ ਕੋਲੋਂ ਉਮੀਦ ਨਹੀਂ। ਚੱਲ ਕੋਈ ਨਾ ਤੂੰ ਠੰਡਾ ਹੋ, ਮੈਂ ਕਰਦਾ ਕੋਈ ਹੀਲਾ, ਤੂੰ ਠਾ ਲੈ। ਸਰਪੰਚ ਸਾਹਿਬ ਮੈਨੂੰ ਤਾਂ ਬਹੁਤ ਟੈਨਸ਼ਨ ਹੋਈ। ਉਹ ਤੂੰ ਟੈਨਸ਼ਨ ਨਾ ਲੈ ਸ਼ਿੰਦਿਆ, ਕੋਈ ਚੱਕਰ ਨਹੀਂ, ਆ ਮੁੰਡਾ ਆ ਗਿਆ, ਇਹਨੂੰ ਪੁੱਛਦਾ ਮੈਂ। ਉਹ ਰਿਹਾ ਕਾਕਾ, ਉਹ ਰਿਹਾ ਕਪਤਾਨ ਨੂੰ ਜਾਣਦੇ ਤੂੰ? ਹਾਂਜੀ ਚੰਗੀ ਤਰ੍ਹਾਂ। ਕਿਵੇਂ ਆ ਬੰਦਾ? ਬੰਦਾ ਤਾਂ ਠੀਕ ਹੈ ਜੀ, ਲੈਣ ਦੇਣ ਵਾਲਾ ਹੈ। ਅੱਛਾ ਤੈਨੂੰ ਪਤਾ ਉਹਦੇ ਕਦੋਂ ਲਈ ਕਿਡਨੈਪ ਹੋ ਗਈ ਓਏ? ਹਾਂਜੀ ਪਤਾ ਹੈ ਮੈਨੂੰ। ਪਤਾ ਹੈ? ਹਾਂਜੀ। ਤੈਨੂੰ ਕਿਸੇ 'ਤੇ ਸ਼ੱਕ ਹੋਵੇ? ਸ਼ੱਕ ਤਾਂ ਨਹੀਂ ਹੈਗਾ ਜੀ ਮੈਨੂੰ ਕਿਸੇ। ਅੱਛਾ ਚੱਲ ਜਾ ਯਾਰ ਤੂੰ। ਕੀ ਸਰਪੰਚ ਸਾਹਿਬ ਕੀ ਕਰੀਏ, ਇਹਨੂੰ ਵੀ ਨਹੀਂ ਪਤਾ ਹੁਣ ਤਾਂ ਕੁਛ? ਉਹ ਇਹਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਨੂੰ ਸਾਰਾ ਕੁਛ ਪਤਾ ਲੱਗ ਗਿਆ, ਤੂੰ ਮੇਰੇ ਨਾਲ ਚੱਲ। ਦੱਸ ਕਿੱਥੇ ਆ? ਬਾਈ ਯਾਰ ਮੈਨੂੰ ਕੁਛ ਨਹੀਂ ਪਤਾ ਯਾਰ, ਮੇਰੀ ਭੈਣ ਗੈਪ ਹੋਈ ਆ, ਮਾਮੂਲੀ ਗੱਲ ਨਹੀਂ ਹੈਗੀ। ਬਾਈ ਯਾਰ ਜੇ ਤੇਰੀ ਭੈਣ ਆ ਮੇਰੀ ਵੀ ਤਾਂ ਕੁਛ ਲੱਗਦੀ ਆ ਉਹ ਯਾਰ। ਤੂੰ ਦਾਦੇ ਸਿੱਧਾ ਹੋ ਕੇ ਵਧੀਆ ਰਹੇਗਾ। ਉਹ ਯਾਰ ਮੈਨੂੰ ਨਹੀਂ ਕੁਛ ਪਤਾ ਯਾਰ, ਮੈਂ ਤਾਂ ਆਪ ਉਹਨੂੰ ਭਾਲ ਭਾਲ ਥੱਕ ਗਿਆ। ਦਾਦਾ ਕਿਹਾ? ਉਹ ਤੂੰ ਸਾਈਡ ਤੇ ਹੋਇਆ ਪਿਆ ਨਹੀਂ ਦੱਸਦਾ, ਉਹ ਗੱਲ ਸੁਣਾ ਮੇਰੀ, ਸਾਫ ਸਾਫ ਦੱਸ ਦੇਣੀ ਮੇਰੇ ਸਾਲੇ ਦੇ ਗੋਲੀ ਮਾਰ ਦੂੰਗਾ ਮੈਂ। ਮੈਨੂੰ ਨਹੀਂ ਕੁਛ ਪਤਾ। ਦੇਖ ਲੈ ਨਾ ਸਾਲਿਆ, ਦੱਸ ਦੇ ਹੁਣ ਤਾਂ ਸਾਈਡ ਦੇ ਟੱਪੀਏ ਗੋਲੀ, ਜੇ ਮੇਰੇ ਬਾਜੀ ਆਂਦੀ ਕਰੂੰਗਾ ਮੈਂ, ਜੇ ਮੇਰੇ ਬਾਜੀ ਆਂਦੀ ਮੈਨੂੰ ਦੱਸ ਦੇ ਇਕੱਠੇ। ਚੱਲ ਮੈਂ ਦੱਸਦਾ ਤੁਹਾਨੂੰ ਵੀ। ਦੱਸ। ਉਹ ਤਾਂ ਜੀ ਮੈਂ ਕਾਲੂ ਦੇ ਪੈਸੇ ਦੇਣੇ ਸੀ। ਹਾਂ ਉਹ ਲੈ ਗਿਆ ਜੀ ਉਹਨੂੰ। ਦੱਸ ਇਹਦਾ ਕਿਵੇਂ ਕਰਨਾ ਹੁਣ? ਤੇਰੀ ਮਰਜ਼ੀ ਹੈ ਸਰਪੰਚ ਸਾਹਿਬ, ਜਿਵੇਂ ਮਰਜ਼ੀ ਕਰ ਲੈ। ਚੱਲ ਇਹਨੂੰ ਛੱਡ, ਆ ਜਾ ਤੂੰ, ਆਪਾਂ ਕਾਲੂ ਨੂੰ ਦੇਖਦੇ ਹਾਂ ਜਾ ਕੇ। ਤੂੰ ਹਾਂ ਮੈਂ ਤੂੰ ਇੱਥੇ ਕੀ ਕਰ ਰਿਹਾ?
ਨਾਲੇ ਮੈਂ ਇੱਥੇ ਕਿਵੇਂ ਆਈ? ਘਰ ਵਾਲੇ ਤੋਂ ਪੈਸੇ ਦਿੱਤੇ ਨਹੀਂ ਗਏ, ਹੁਣੇ ਵੇਚਦਾ ਤੇ ਇਹ ਕੀ ਕਹਿ ਰਹੇ ਤੂੰ? ਹਾਂ ਕੋਈ ਵੀ ਨਹੀਂ ਕਰ ਸਕਦਾ, ਹੁਣ ਤੂੰ ਮੇਰੀ ਹੈ, ਮੈਂ ਜਿਹੜਾ ਜੀ ਕਰੂੰਗਾ ਉਹ ਕੁਛ ਕਰੂੰਗਾ, ਕਰ ਦੇ ਤੂੰ ਮਹਾ ਪਲੀਜ਼ ਮੈਨੂੰ ਜਾਣ ਦੇ। जिंदा तोड़ना पूगा हूं तक आकट चुप कर जा मेरे, मेरे बचा ले। तू चुप कर जा गुगा, मैं आ गया ना हुण। मेरे और राकेश ने मेरे बड़ी जबरदस्ती की है। कोई गल नहीं, गलती मेरी है जो मैं बिना देखे तेरा रिश्ता करता। मेरे हुण की होगा? कोई टेंशन ना ले कुड़िए, सारा कुछ मैं करूंगा। मैनू ऐ दस, और राकेश दा बच्चा हैगा कित्थे है? पता नहीं, वो मेनू बंद करके चला गया। तू ऐ कर, चल हैप्पी नु करे लेके चल ओए। चल भाई, हां ओ तेरे प्रॉब्लम नु तां मैं चाड़ता गड्डी, हुण बारी राकेश दी है। तू देखी मैं की करदा। ਮੇਰੀ ਕੋਈ ਗਲਤੀ ਨੀ ਹੈਗੀ। ਸਾਲਿਆ ਹੋਰ ਕਿਹਦੀ ਗਲਤੀ ਹੈ? ਗਲਤੀ ਤਾਂ ਸਾਰੀ ਬਾਈ ਕਪਤਾਨ ਦੀ ਹੈ। ਕਪਤਾਨ ਦੀ ਕੋਈ ਗਲਤੀ ਨੀ, ਕਸੂਰਵਾਰ ਸਾਰਾ ਕਪਤਾਨ ਦਾ ਬਾਈ। ਕਮੈਂਟ ਨੀ ਕਰਨਾ, ਬਸ ਮੇਰੀ ਇੱਕ ਬੇਨਤੀ ਹੈ ਮਿੱਤਰ ਪੈਰਿਓ, ਵੀ 20 ਤਰੀਕ ਨੂੰ ਚਿਹਰਾ ਦੇਖ ਕੇ ਵੋਟ ਪਾਈਓ, ਪਰ ਚਿਹਰਾ ਕਿਹਦਾ ਦੇਖਣਾ ਤੁਸੀਂ? ਚਿਹਰਾ ਆਪਦੇ ਜਵਾਕਾਂ ਦਾ ਦੇਖਣਾ, ਵੀ ਕੌਣ ਇਹਨਾਂ ਨੂੰ ਅੱਛੀ ਸਿੱਖਿਆ ਦੇ ਸਕਦਾ, ਕੌਣ ਇਹਨਾਂ ਖਾਤਰ ਹਸਪਤਾਲ ਬਣਾ ਸਕਦਾ? ਮਿੱਤਰ ਪੈਰੋ, ਚਿਹਰਾ ਦੇਖ ਕੇ ਵੋਟ ਪਾਣੀ ਹੈ। ਆਮ ਆਦਮੀ ਪਾਰਟੀ ਜਿੰਦਾਬਾਦ।